ਸਤਿਗੁਰ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਹਾਡਾ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਹੋਊਗਾ ਜੀ ਸੋਨੋ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਅੱਜ ਦੁਨੀਆ ਦੇ ਵਿੱਚ ਜੇਕਰ ਕੋਵਿਡ ਤੋਂ ਬਾਅਦ ਕਿਸੇ ਚੀਜ਼ ਦੀ ਗੱਲਬਾਤ ਹੋ ਰਹੀ ਹੈ ਉਹ ਹੈ ਜੀ ਇੰਡੀਆ ਭਾਰਤ ਦੇ ਵਿੱਚ ਲਗਾਤਾਰ ਗਿਣਤੀ ਵਧਦੀ ਜਾ ਰਹੀ ਹੈ ਤੇ ਇਸ ਨੂੰ ਦੇਖ ਕੇ ਹਰ ਇੱਕ ਦੇਸ਼ ਪਾਬੰਦੀਆਂ ਲਾ ਰਿਹਾ ਹੈ ਇੰਡੀਆ ਤੋਂ ਇਟਲੀ ਦੇ ਵਿੱਚ ਆਉਣ ਲਈ ਫਲਾਈਟਾਂ ਦੇ ਉੱਤੇ ਕਾਫੀ ਪਾਬੰਦੀਆਂ ਲੱਗੀਆਂ ਨੇ ਇੰਡੀਆ ਦੇ ਵਿੱਚ ਕਾਫੀ ਆਪਣੇ ਵੀਰ ਜਿਹਨਾਂ ਨੇ ਰਿਚ ਅਬੂਤਿਆਂ ਦੇ ਗਏ ਸਜੋ ਨੂੰ ਐਕਸਪਾਇਰ ਹੋਣ ਵਾਲੀਆਂ ਤੇ ਗਾਇਆ ਉੱਥੇ ਇੰਡੀ 4 ਲੱਖ ਕੇਸ ਦਰਜ ਹੋਇਆ 41993 ਜੇਕਰ ਐਗਜ਼ੈਕਟ ਗਿਣਤੀ ਦੱਸਣੀ ਹੋਵੇ ਤੇ ਮਰਨ ਵਾਲਿਆਂ ਦੀ ਜਿਹੜੀ ਗਿਣਤੀ ਹੈ ਜੀ 3523 ਬੰਦਾ ਟੋਟਲ ਇੰਡੀਆ ਦੇ ਵਿੱਚ ਕੋਵਿਡ ਦੇ ਕਾਰਨ ਪੂਰਾ ਹੋ ਗਿਆ ਜੀ ਤੇ ਉੱਥੇ ਹੀ ਐਕਸਪਰਟ ਦਾ ਇਹ ਕਹਿਣਾ ਹੈ ਜੀ ਜੋ ਹੁਣ ਵੀ ਜਿਹੜੀ ਅਸੀਂ ਗਿਣਤੀ ਆ ਇਹ ਰ 3 3523 ਬੰਦਾ ਜੋ ਕਿ ਬਹੁਤ ਹੁੰਦਾ ਉਹ ਕਹਿ ਰਹੇ ਨੇ ਕਿ ਇਹ ਐਗਜ਼ੈਕਟ ਗਿਣਤੀ ਨਹੀਂ ਐਕਸਪਰਟ ਵਾਲ ਚਾਹੇ ਕੋਰੀਅਰੇ ਦਾ ਲਾਸੇਰਾ ਹੋਵੇ ਜਾਂ ਮੈਂ ਆਪਣੇ ਮੈਸੇਜਰ ਵਾਲੇ ਹੁਣ ਜਾਂ ਕੋਤ ਕੋਤ ਹੀ ਦੀਆਂ ਨੂੰ ਨੈੱਟ ਵਾਲੇ ਹੁਣ ਜਾਂ ਕੋਈ ਹੋਰ ਹੋਵੇ ਟਾਈਮ ਸ੍ਰੋਮਨ ਜਿਹੜੀ ਟਾਈਮ ਆਫ ਇੰਡੀਆ ਖਬਰ ਹੋਵੇ ਜਿਹੜੀਆਂ ਮਰਜੀ ਅਖਬਾਰਾ ਹੁਣ ਦੁਨੀਆ ਦੀਆਂ ਸਾਰੀਆਂ ਇਹੀ ਕਹਿ ਰਹੀਆਂ ਨੇ ਜੋ ਐਕਚੁਅਲ ਦੇ ਵਿੱਚ ਦੱਸੀ ਜਾ ਰਹੀ ਹੈ ਇੰਡੀਆ ਦੇ ਵਿੱਚ ਮੌਤਾਂ ਦੀ ਗਿਣਤੀ ਕੇਸਾਂ ਦੀ ਗਿਣਤੀ ਉਹ origignal ਤੋਂ ਘੱਟ ਤੇ ਉਧਰ ਹੀ ਇੰਡੀਆ ਦੇ ਵਿੱਚ ਜੋ ਸਿਚੁਏਸ਼ਨ ਹੋ ਰਹੀ ਆ ਬੰਦੇ ਚਲੋ ਕੋਵਿਡ ਦੇ ਨਾਲ ਮਰ ਰਹੇ ਨੇ ਇਹ ਘਟਣੀ ਸੀ ਕਿ ਇੰਡੀਆ ਦੇ ਵਿੱਚ ਪਰੋਚ ਦੇ ਪੜੋਚਾ ਉਹਦੇ ਵਿੱਚ ਇੱਕ ਹਸਪੀਟਲ ਸੀਗਾ ਜਿਹਦੇ ਵਿੱਚ ਅੱਗ ਲੱਗੀ ਤੇ ਹਸਪੀਟਲ ਦੇ ਵਿੱਚ ਤਕਰੀਬਨ 50 ਬੰਦੇ ਸੀਗੇ 50 ਪੇਸ਼ੈਂਟਸ ਸੀਗੇ ਜਿਨ੍ਹਾਂ ਦੇ ਵਿੱਚੋਂ 12 ਦੀ ਮੌਤ ਹੋ ਗਈਆਂ 12 ਕੋਵਿਡ ਵਾਲੇ ਸੀਗੇ ਤੇ ਇਹ ਮੌਤ ਹੋਈ ਹੈ ਜੀ ਕਿਉਂਕਿ ਉਸ ਹਸਪੀਟਲ ਨੂੰ ਅੱਗ ਲੱਗ ਗਿਆ ਅੱਗ ਲੱਗਣ ਦੇ ਨਾਲ ਉਹਦੇ ਵਿੱਚ ਜਿਹੜੀ ਮੌਤ ਹੋਈ ਹੈ ਜੀ ਤੇ ਵੈਕਸੀਨ ਅਕਸਰ ਰੋਲਾ ਪੈਂਦਾ ਰੋਲਾ ਪੈਂਦਾ ਅਕਸਰ ਸਰਕਾਰਾਂ ਸਾਰਿਆਂ ਨੂੰ ਕਹਿ ਰਹੀਆਂ ਨੇ ਸਾਰਿਆਂ ਨੂੰ ਦੱਸਿਆ ਜਾ ਰਿਹਾ ਕਿ ਵੈਕਸੀਨ ਲਵਾਓ ਜੀ ਵੈਕਸੀਨ ਹੀ ਹੱਲ ਹੈ ਇਸ ਕੋਵਿਡ ਤੋਂ ਬਚਣ ਦਾ ਪਰ ਕੀ ਹੁੰਦਾ ਉਸ ਵੇਲੇ ਜਦੋਂ ਵੈਕਸੀਨ ਲਵਾਇਆ ਹੋਇਆ ਬੰਦਾ ਵੀ ਪੋਜ਼ੀਟਿਵ ਨਿਕਲਦਾ ਉਸ ਵੇਲੇ ਹਰ ਬੰਦੇ ਦਾ ਜਿਹੜਾ ਯਕੀਨ ਆਹੋ ਟੁੱਟਣ ਵਾਲਾ ਹੋ ਜਾਂਦਾ ਇਦਾਂ ਹੀ ਇਟਲੀ ਦੇ ਵਿੱਚ ਕੁਝ ਹੋਇਆ ਪਲੇਰਮੋ ਦੇ ਇੱਕ ਹਸਪੀਟਲ ਦੇ ਵਿੱਚ 83 ਸਾਲ ਦਾ ਬਜ਼ੁਰਗ ਜਿਹਨੇ ਵੈਕਸੀਨ ਦੇ ਜਿਹੜਾ ਦੂਸਰਾ ਡੋਜ਼ ਵੀ ਲਾਇਆ ਸੀ ਫਾਈਜ਼ਰ ਜਿਹੜੀ ਵੈਕਸੀਨ ਉਨੂੰ ਲਾਇਨ ਨੂੰ ਕੋਸ਼ਦ ਦੇ ਨਹੀਂ ਹੋਏ ਸੀ ਦੂਸਰੇ ਡੋਜ਼ ਨੂੰ ਤੇ ਉਹ ਜਿਹੜਾ ਬੰਦਾ ਆ ਵਰੀਅਨ ਤੇ ਬ੍ਰਾਜ਼ੀਲੀਆਨਾ ਜਿਹੜਾ ਬ੍ਰਾਜ਼ੀਲ ਦਾ ਵਰੀਅੰਟ ਆ ਜਿਹਦਾ ਇੰਡੀਅਨ ਦਾ ਆ ਇੰਗਲੈਂਡ ਦਾ ਆ ਇਦਾਂ ਹੀ ਬ੍ਰਾਜ਼ੀਲ ਦਾ ਜਿਹੜਾ ਵਰੀਅੰਟ ਆ ਉਹਦੇ ਉਹਦੇ ਨਾਲ ਪੋਜ਼ਿਟਿਵ ਆਇਆ ਗਿਆ ਤੇ ਹੁਣ ਜਿਹੜੀਆਂ ਕੰਪਨੀਆਂ ਹੋਣਗੀਆਂ ਵੱਡੀਆਂ ਵੱਡੀਆਂ ਇਹਨਾਂ ਨੇ ਕੀ ਕਹਿਣਾ ਜੀ ਇਹਨਾਂ ਨੇ ਕਹਿਣਾ ਜੀ ਕਿ ਦੂਸਰੇ ਡੋਜ਼ ਨੂੰ ਐਕਟਿਵ ਹੋਣ ਨੂੰ ਹਫ਼ਤਾ 10 ਦਿਨ ਲੱਗਣੇ ਸੀ ਇਸ ਕਰਕੇ ਗੱਲ ਇਦਾਂ ਜੀ ਸਾਰੇ ਜਾਨੇ ਜਿੰਨੇ ਵੀ ਹੋ ਗੋ ਆਪਣਾ ਖਿਆਲ ਰੱਖੋ ਜੀ ਘਰਾਂ ਤੋਂ ਹੁਣ ਭਾਵੇਂ ਪੀਲਾ ਜਾਉਣਾ ਚਿੱਟਾ ਜਾਉਣਾ ਲਾਲ ਜਿਹੜਾ ਮਰਜ਼ੀ ਜਾਉਣਾ ਜੀ ਘਰਾਂ ਘਰਾਂ ਤੋਂ ਉਸੇ ਵੇਲੇ ਨਿਕਲੋ ਬਾਹਰ ਚਲਿਓ ਤੁਹਾਨੂੰ ਲੋੜ ਕਿਉਂਕਿ ਇਸ ਬਿਮਾਰੀ ਦੇ ਨਾਲ ਬਹੁਤ ਹੀ ਜ਼ਿਆਦਾ ਪ੍ਰੋਬਲਮਾਂ ਹੋ ਰਹੀਆਂ ਨੇ ਬਹੁਤ ਜ਼ਿਆਦਾ ਪ੍ਰੋਬਲਮਾਂ ਹੋ ਰਹੀਆਂ ਨੇ ਆਸਟ੍ਰੇਲੀਆ ਨੇ ਆਸਟ੍ਰੇਲੀਆ ਨੇ ਇੱਕ ਨਵਾਂ ਕਾਨੂੰਨ ਲਾਗੂ ਕਰਨ ਜਾ ਰਹੀ ਹੈ ਜੀ ਸੋਮਵਾਰ ਤੋਂ ਆਸਟ੍ਰੇਲੀਆ ਨੇ ਨਵਾਂ ਕਾਨੂੰਨ ਲਾਗੂ ਕਰਨਾ ਉਹਦਾ ਕੀ ਹੈ ਜੀ ਉਹ ਕਹਿ ਰਹੇ ਨੇ ਕਿ ਜਿਹੜਾ ਵੀ ਬੰਦਾ ਇੰਡੀਆ ਤੋਂ ਹੁਣ ਲਾਸਟਲੇ 14 ਦਿਨਾਂ ਦੇ ਜਿਹੜਾ ਇੰਡੀਆ ਰਹਿ ਗਿਆ ਜਾਂ ਫਿਰ ਆਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵੀ ਬੰਦਾ ਇੰਡੀਆ 'ਚ ਘੁੰਮ ਕੇ ਵੀ ਆਇਆ ਲਾਸਟਲੇ 14 ਦਿਨਾਂ ਦੇ ਵਿੱਚ ਜੇ ਉਹ ਆਸਟ੍ਰੇਲੀਆ ਦੇ ਵਿੱਚ ਐਂਟਰ ਹੋ ਗਿਆ ਤਾਂ ਉਹਨੂੰ 42000 ਰੋਡ ਦਾ ਜੁਰਮਾਨਾ ਹੋਊਗਾ 42000 ਰੋਡ ਦਾ ਜੁਰਮਾਨਾ ਤੇ 5 ਸਾਲ ਦੀ ਜੇਲ ਹੋ ਸਕਦੀ ਹੈ ਜੀ ਯੂਐਸ ਕਰਕੇ کہہ ਰਹੇ ਨੇ ਕਰਨੇ ਆ ਕਿਉਂਕਿ तकरीबन ਜੋ ਆਈਡੀਆ ਲੱਗਾ ਹੈ ਇਸ ਟਾਈਮ ਆਈਡੀਆ ਸਾਡੇ ਮੂਰ ਨੰਬਰ ਆਏ ਨੇ ਉਹਦੇ ਹਿਸਾਬ ਨਾਲ तकरीबन 9000 ਬੰਦਾ ਆਸਟ੍ਰੇਲੀਅਨ ਬੰਦਾ ਜਿਹੜਾ 9000 ਬੰਦਾ ਇੰਡੀਆ ਦੇ ਵਿੱਚ ਇਸ ਟਾਈਮ ਫਸਿਆ ਹੋਇਆ ਜਿਹਦੇ ਵਿੱਚੋਂ 650 ਬੰਦਾ ਹੋਆ ਜਿਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਰਿਸਕ ਹੋਆ ਤੇ ਪਰ ਆਸਟ੍ਰੇਲੀਆ ਦੀ ਸਰਕਾਰ ਨੇ ਦਾ ਹੱਥ ਘੜੇ ਕਰਤੇ ਵੀ ਜੇ ਕੋਈ ਵੀ ਇੰਡੀਆ ਤੋਂ ਬੰਦਾ ਇਹਨਾਂ ਦਿਨਾਂ ਦੇ ਵਿੱਚ ਸਾਡੇ ਆਸਟ੍ਰੇਲੀਆ ਦੇ ਵਿੱਚ ਦਾਖਲ ਹੋ ਗਿਆ ਜਿੱਦਾਂ ਕਿਦਾਂ ਵੀ ਕਰਕੇ ਤਾਂ ਉਹਦਾ ਪਤਾ ਲੱਗ ਗਿਆ ਤਾਂ ਉਹਨੂੰ ਫਿਰ ਕੀ ਕਰਨਾ ਕੁਝ ਨਹੀਂ ਕਰਨਾ ਜੀ 42000 ਦਾ ਜੁਰਮਾਨਾ ਜਾਂ ਫਿਰ 5 ਸਾਲ ਦੀ ਜੇਲ੍ਹ ਕੀਤੀ ਜਾਊਗੀ ਜੀ ਇੰਡੀਆ ਵਾਲੇ ਦੂਸਰੇ ਦੇਸ਼ ਕੀ ਕਹਿ ਰਹੇ ਨੇ ਇੰਡੀਆ ਦੇ ਜਿਹੜੇ ਬੰਦੇ ਆ ਰਹੇ ਉਹਨਾਂ ਦੇ ਬਾਰੇ ਕੀ ਕਹਿੰਦੇ ਉਹ ਵੀ ਦੇਖਦੇ ਹਾਂ ਪਰ ਉਸ ਤੋਂ ਪਹਿਲਾਂ ਦੇਖਦੇ ਹਾਂ ਜੀ ਹੋਰ ਵੀਟਲੀ ਦੇ ਵਿੱਚ ਜੋ ਇਸ ਟਾਈਮ ਗੱਲਾਂ ਬਾਤਾਂ ਚੱਲ ਗੱਲਾਂ ਬਾਤਾਂ ਚੱਲ ਰਹੀ ਹੈ ਜੀ ਬਰੇਸ਼ੇ ਦੇ ਵਿੱਚ ਦੋ ਬੰਦਿਆਂ ਨੂੰ ਗ੍ਰਫਤਾਰ ਕੀਤਾ ਗਿਆ ਹੋਇਆ ਉਹ ਬੰਦੇ ਆ ਜਿਨ੍ਹਾਂ ਨੇ ਪਿਛਲੇ 3 ਅਪ੍ਰੈਲ ਨੂੰ ਜਿਹੜੇ ਕੋਵਿਡ ਹੱਬ ਸੀਗੇ ਜਿਹੜੇ ਜਿੱਥੇ ਵੈਕਸੀਨ ਲੱਗ ਰਹੀ ਸੀ ਬਰੇਸ਼ੇ ਦੇ ਵਿੱਚ ਉਹਨਾਂ ਨੇ ਉੱਥੇ ਅੱਗ ਲਾ ਦਿੱਤੀ ਬਿস্ফੋਰਟਕ ਸਮਾਨ ਰੱਖਣ ਦੇ ਕਾਰਨ ਧਮਾਕਾ ਕਰਨ ਦੇ ਕਾਰਨ ਉਹਨਾਂ ਦੇ ਉੱਤੇ ਅਤਵਾਦੀ ਜआतंकਵਾਦੀ ਦਾ ਜਿਹੜਾ ਕੇਸ ਧਾਰਾ ਦਰਜ ਕੀਤੀ ਗਈ ਅਤੇ ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਫਿਰ ਉਹਨਾਂ ਦੇ ਵਿੱਚ ਫਿਰ ਉਹਨਾਂ ਦੇ ਵਿੱਚ ਇੱਕ ਪਿੰਡ ਹੈ ਜਿਹਦਾ ਨਾਮ ਹੈ ਜੀ ਸੰਜੇਨੋ ਦੀ ਮੋਂਟਾਨੀਆ ਸੰਜੇਨੋ ਦੀ ਮੋਂਟਾਨੀਆ ਦੇ ਵਿੱਚ ਕੁਝ ਬੰਦੇ ਸੀਗੇ ਜਿਨ੍ਹਾਂ ਨੇ 26 ਬੰਦੇ ਦੱਸਿਆ ਜਾ ਰਿਹਾ 400 ਟੋਟਲ ਜੀ 1400 ਬੰਦਾ ਹੈ ਉਸ ਪਿੰਡ ਦੇ ਵਿੱਚ 1400 ਬੰਦਾ ਰਹਦੇ ਅਤੇ 26 ਬੰਦਿਆਂ ਨੇ ਇੱਕ ਗਰੀਲਿਆਤਾ ਕੀਤਾ ਗਰੀਲਿਆਤਾ ਕੀ ਹੁੰਦਾ ਜੀ ਜਿੱਦਾਂ ਕਹਦੇ ਆ ਵੀ ਚਲੋ ਵੀ ਪਿਕਨਿਕ ਮਨਾ ਲਿਆ ਮੀਟ ਤਲ ਕੇ ਖਾਂਦੇ ਆ ਤੇ ਉਹਨਾਂ ਨੇ ਮੀਟ ਤਲ ਜੋ ਵੀ ਤਲ ਕੇ ਖਾਦਾ ਖਾਣ ਪੀਣ ਦੀ ਜੋ ਉਹਨਾਂ ਨੇ ਕੀਤੀ ਉਹਦੇ ਨਾਲ 26 ਬੰਦੇ ਪੋਜ਼ੀਟਿਵ ਹੋ ਗਿਆ ਤੇ ਹੁਣ ਸ਼ਾਇਦ ਗੱਲ ਕੀਤੀ ਜਾ ਰਹੀ ਹੈ ਕਿ ਸ਼ਾਇਦ ਪੂਰੇ ਦਾ ਪੂਰਾ ਪਿੰਡ ਉਹਨੂੰ ਲਾਕਡਾਊਨ ਕਰ ਦਿੱਤਾ ਜਾਊਗਾ ਰੈੱਡ ਜ਼ੋਨ ਕਰ ਦਿੱਤਾ ਜਾਣਾ ਜੀ ਉਧਰ ਹੀ ਲੀਵਰਪੂਲ ਤੋਂ ਜੋ ਕਿ ਇੰਗਲੈਂਡ ਦੇ ਵਿੱਚ ਲੀਵਰਪੂਲ ਤੋਂ ਇੱਕ ਨਵੀਂ ਨਵੀਂ ਖਬਰ ਆ ਰਹੀ ਹੈ ਜੀ ਅਮੀਕਾ ਵਰ ਨਵਾਂ ਅਪਡੇਟ ਆ ਰਿਹਾ ਜੀ ਕਿ ਉੱਥੇ 6000 ਬੰਦਿਆਂ ਤੋਂ ਭੰਗੜਾ ਪਵਾਇਆ ਗਿਆ 6000 ਬੰਦਿਆਂ ਨੂੰ ਨਚਾਇਆ ਟਪਾਇਆ ਗਿਆ ਜੀ ਸਾਰਿਆਂ ਨੂੰ ਬਿਨਾ ਮਾਸਕ ਬਿਨਾ ਸੋਸ਼ਲ ਡਿਸਟੈਂਸ ਕੁਝ ਵੀ ਕਰਕੇ ਜੀ ਇੱਕ ਅਖਾੜਾ ਲੱਗਾ ਅਖਾੜੇ ਦੇ ਵਿੱਚ ਲੋਕੀ ਗਾਣ ਵਾਲੇ ਜਿਹੜੇ ਪਹੁੰਚੇ ਗਾਇਕ ਕਰ ਸਿੰਘ ਉੱਥੇ ਜਿਹੜੇ ਮਸ਼ਹੂਰ ਸਾਨੂੰ ਪਹੁੰਚੇ ਇਹ ਜੋ 6000 ਦਾ 6000 ਬੰਦਾ ਸਾਰੇ ਦਾ ਸਾਰਾ ਕੋਵਿਡ ਟੈਸਟਡ ਸੀਗਾ ਸਾਰੇ ਟੰਪੋਨੀ ਕੀਤਾ ਗਿਆ ਸ਼ੁਰੂ ਹੋਣ ਤੋਂ ਪਹਿਲਾਂ ਕੋਨ ਚੈਰ ਤੋਂ ਸ਼ੁਰੂ ਹੋਣ ਤੋਂ ਬਾਅਦ ਅਗਰ ਕਿਉਂ ਕੀਤਾ ਜਾ ਰਿਹਾ ਜੀ ਇਹ ਇਸ ਕਰਕੇ ਕੀਤਾ ਜਾ ਰਿਹਾ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਉੱਥੇ ਇੰਗਲੈਂਡ ਦੇ ਵਿੱਚ ਜਿਹੜੇ ਨਵੇਂ ਅਖਾੜੇ ਲੱਗਣੇ ਹਨ ਨਵੇਂ ਕੌਨ ਚੈਰ ਤੋਂ ਹੋਣੀਆਂ ਸਰਕਾਰ ਕਹਿ ਰਹੀ ਹੈ ਕਿ ਇਹਨਾਂ ਨੂੰ ਜਿਹੜਾ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਇਸ ਕਰਕੇ ਦੇਖ ਰਿਹਾ ਹੈ ਜੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਹਿਸਾਬ ਦੇ ਨਾਲ ਕਿਸੇ ਹਿਸਾਬ ਦੇ ਨਾਲ ਹੋ ਸਕਦਾ ਹੈ ਕਿ ਇਹਨਾਂ ਨੂੰ ਅਖਾੜਿਆਂ ਨੂੰ ਦਿੱਤੇ ਜਾਣੀ ਚਾਹੀਦੀ ਆ ਤੇ ਇਹ ਵੀ ਹੋ ਸਕਦਾ ਹੈ ਕਿ ਸ਼ਾਇਦ ਸਿਰਫ ਕੋਵਿਡ ਜਿਹੜੇ ਟੈਸਟ ਟੈਸਟਡ ਬੰਦੇ ਆ ਉਹਨਾਂ ਨੂੰ ਹੀ ਇਦਾਂ ਦੇ ਜਿਹੜੇ ਅਖਾੜੇ ਉਹਨਾਂ ਦੇ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਉਧਰ ਹੀ ਇੱਕ ਹੋਰ ਬਹੁਤ ਬੜਾ ਤਕੜਾ ਜੀ ਨਮਕਗਾ ਪਿਆ ਦੀ ਇੱਕ ਬੰਦੇ ਨੇ 20 ਦਿਨਾਂ ਦੇ ਵਿੱਚ ਦੋ ਗਰਾਤਾ ਵਿੰਚਲ ਗਰਾਤਾ ਵਿੰਚਲੇ ਉਹ ਹੁੰਦੀਆਂ ਨੇ ਜਿਹੜੀਆਂ ਲੋਟਰੀਆਂ 5-5 ਰੁਪਏ ਵਾਲੀਆਂ ਹੁੰਦੀਆਂ ਵੇ ਛਿਲ ਕੇ ਦੇਖੋ ਜੇ ਪੈਸੇ ਨਿਕਲਦੇ ਜਾਂ ਨਹੀਂ ਨਿਕਲਦੇ ਗਵਾਰਦੇ ਦੀ ਫਾਈਨਾਂਸ ਉਹਦੇ ਸਿਰ ਪੈ ਗਈ ਕਿਉਂਕਿ ਉਹਨੇ ਆਪਣੇ ਜਿਹੜਾ ਸਿੱਧਾ ਬ੍ਰਾਜ਼ੀਲ ਜੋ ਉਹਦੇ ਜਨਮ ਭੂਮੀ ਆ ਉਹਨੇ ਆਪਣੇ ਦੇਸ਼ ਨੂੰ 8 ਲੱਖ ਐਰੋ 28 ਪੇਜ ਦਾ ਹੁਣ ਹੀ ਦੇਖਿਆ ਵੀ ਐਡਾ ਵੱਡਾ ਅਮਾਉਂਟ ਇੱਕ ਬੰਦਾ ਕਿਸੇ ਸਾਥ ਨਾਲ ਪੇਚ ਸਕਦਾ ਬਸ ਫੇਰ ਕੀ ਸੀ ਜਦੋਂ ਚੈਕਿੰਗ ਕੀਤਾ ਤਾਂ ਕੁਝ ਨਹੀਂ ਉਹ ਤਾਂ ਪਤਾ ਲੱਗਾ ਕਿ ਉਹਨੂੰ ਤਕਰੀਬਨ 27 ਲੱਖ ਥੋੜੇ ਬਹੁਤ ਨੇ 27 ਲੱਖ ਆਰਦਾ ਉਹਨੂੰ ਗਰਾਤਾਈ ਵੀਂ ਚਿੱਤੋ ਤੇ ਜਿਹੜੀ ਕਿਸਮਤ ਬਹੁਤ ਚੰਗੀ ਸੀ 27 ਲੱਖ ਆਰ ਉਹਨੂੰ ਮਿਲਿਆ ਜੀ ਉਸ ਲੋਟਰੀਆਂ ਦੇ ਵਿੱਚੋਂ ਯਦਕੀ ਸਾਰੀਆਂ ਪੈਸੇ ਖਾਣੀਆਂ ਹੁੰਦੀਆਂ ਇਹਨਾਂ ਨੂੰ ਖਰੀਦਣਾ ਨਹੀਂ ਚਾਹੀਦਾ ਪਤਾ ਨਹੀਂ ਹੁੰਦਾ ਜਿਹੜੀ ਕਿਸਮਤ ਹੁੰਦੀ ਉਹਨੂੰ ਬਹਾਨੇ ਕਿਸੇ ਨਾ ਕਿਸੇ ਪੈਸੇ ਮਿਲ ਜਾਂਦੇ ਇਤਨਾਂ ਦੀਆਂ ਜਿਹੜੀਆਂ ਲੋਟਰੀਆਂ ਇਹਨਾਂ ਦੇ ਵਿੱਚ ਟਾਈਮ ਖਰਾਬ ਨਹੀਂ ਕਰਨਾ ਚਾਹੀਦਾ ਮੁੜ ਕੇ ਆਨੇ ਜੀ ਆਪਣੇ ਇੰਡੀਅਨ ਦੇ ਕੇਸ ਵਿੱਚ ਇੰਡੀਆ ਦੇ ਜਿਹੜੇ ਆਪਣੇ ਕਾਫੀ ਆਪਣੇ ਇੰਡੀਆ ਦੇ ਤੁਹਾਨੂੰ ਪਤਾ ਪਈ ਫਲਾਈਟਾਂ ਨੂੰ ਰੱਦ ਕੀਤਾ ਗਿਆ ਪਾਬੰਦੀਆਂ ਲੱਗੀਆਂ ਪਾਬੰਦੀਆਂ ਤੋਂ ਬਾਅਦ ਜਿਹੜੇ ਬੰਦੇ ਇਟਲੀ ਦੇ ਵਿੱਚ ਆਏ ਸਾਨੂੰ ਉਹਨਾਂ ਨੂੰ ਹੋਟਲਾਂ ਦੇ ਵਿੱਚ ਰੱਖਿਆ ਗਿਆ ਕੋਵਿਡ ਹੋਟਲ ਜਿਨ੍ਹਾਂ ਦਾ ਨਾਮ ਜਾਂ ਫਿਰ ਜਿਨ੍ਹਾਂ ਦੀ ਸਿਹਤ ਜ਼ਿਆਦਾ ਖਰਾਬ ਹਨ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਵੀ ਰੱਖਿਆ ਗਿਆ ਤੇ ਹੁਣ ਗੱਲ ਇਹ ਹੋਈ ਆ ਜੀ ਕਿ ਜਿਹੜੇ ਬੰਦੇ ਪੇਚੈਂਸਾ ਤੋਂ ਤੁਹਾਨੂੰ ਖਬਰ ਆ ਰਹੀ ਹੈ ਕਿ 21 ਅਪ੍ਰੈਲ ਨੂੰ ਵੀ ਆਏ ਆ ਉਹ ਭਾਵੇਂ ਨੈਗੇਟਿਵ ਆ ਭਾਵੇਂ ਟੈਸਟ ਕਰਾਇਆ ਜਾਂ ਨਹੀਂ ਕਰਾਇਆ ਉਹਨਾਂ ਨੂੰ ਵੀ ਕੋਵਿਡ ਹੋਟਲਾਂ ਦੇ ਵਿੱਚ ਲੈ ਕੇ ਚਲੇ ਜਾਇਆ ਕਾਰਨ ਕੀ ਹੈ ਜੀ ਸਭ ਦਾ ਕਾਰਨ ਇਹ ਹੈ ਕਿ ਜਿਹੜੇ ਵੀ ਬੰਦੇ ਆਪਣੇ ਲਾਤੀਓ ਦੇ ਵਿੱਚ ਜਿਹੜੇ ਆਪਣੇ ਬੰਦੇ ਰੋਮਾ ਦੇ ਵਿੱਚ ਫਿਮਿਚੀਨੋ 에ਰਪੋਰਟ ਤੇ ਆਏ ਸੀ ਉਹਨਾਂ ਦੇ ਵਿੱਚੋਂ ਕੁਝ ਬੰਦਿਆਂ ਨੇ ਪ੍ਰੈਸ ਰਿਪੋਰਟਰਾਂ ਨੂੰ ਜਿਹੜੇ ਪ੍ਰੈਸ ਵਾਲੇ ਆ ਮੈਸੇਜ ਜੇਰੋ ਵਾਲੇ ਜਿਹੜੇ ਪ੍ਰੈਸ ਆ ਉਹਨਾਂ ਨੂੰ ਇਲ ਮੈਸੇਜ ਜੇਰੋ ਆ ਪ੍ਰੈਸ ਵਾਲੇ ਗਾਇਸ ਉਹਨਾਂ ਦੇ ਕੋਲ ਉਹਨਾਂ ਨੂੰ ਇੱਕ ਬਿਆਨ ਦਿੱਤਾ ਉਸ ਬਿਆਨ ਨੇ ਜੀ ਪੂਰਾ ਇਟਲੀ ਨੂੰ ਹਿਲਾ ਦਿੱਤਾ ਆਕਰ ਉਸ ਬਿਆਨ ਦੇ ਵਿੱਚ ਕੀ ਸੀ ਉਹ ਬਿਆਨ ਇਹ ਸੀਗਾ ਜੀ ਉੱਥੇ ਆਪਣੇ ਕਿਸੇ ਵੀਰ ਨੇ ਜਿਹੜਾ ਇੰਡੀਆ ਤੋਂ ਆਇਆ ਜੀ ਉਹਨਾਂ ਨੇ ਇਟਾਲੀਅਨ ਮੀਡੀਆ ਦੇ ਮੋਰੇ ਇੱਕ ਅਸਲੀਅਤ ਰੱਖਤੀ ਉਹ ਇਹ ਹੈ ਜੀ ਕਿ ਇੰਡੀਆ ਦੇ ਵਿੱਚ ਮੈਂ ਟੈਸਟ ਨਹੀਂ ਕਰਾਇਆ ਸੀ ਮੈਂ ਬਿਨਾਂ ਟੈਸਟ ਤੋਂ ਆਇਆ ਤੇ ਇਹ ਜੋ ਟੈਸਟ ਮੇਰੇ ਕੋਲ ਆ ਰਿਪੋਰਟ ਆ ਸਾਰਾ ਕੁਝ ਆ ਇਹ ਮੈਂ ਉੱਥੇ 30 ਡਾਲਰ ਇਟਲੀ ਦੇ حساب ਨਾਲ 30 30 ਡਾਲਰ ਬਣਦੇ ਆ ਇੰਡੀਆ ਦੇ ਵਿੱਚ 500 1000 2000 ਰੁਪਈਆ ਤੋਂ 3000 ਰੁਪਈਆ ਦੋ ਤੋਂ ਤੁਹਾਨੂੰ ਕੋਵਿਡ ਦਾ ਜਿਹੜਾ ਨੇਗੇਟਿਵ ਦਾ ਜਿਹੜਾ ਟੈਸਟ ਦੇ ਦਿੰਦੇ ਆ ਜੀ ਇਸ ਗੱਲ ਨੂੰ ਹੁਣ ਸ਼ਾਇਦ ਬਹੁਤ ਹੀ ਵੱਡੇ ਲੈਵਲ ਤੇ ਚੱਕਿਆ ਜਾਊਗਾ ਫਿਲਹਾਲ ਸਿਰਫ ਇਹ ਕੁਝ ਅਖਬਾਰਾਂ ਦੇ ਵਿੱਚ ਹੀ ਖਬਰ ਆਈ ਹੈ ਪਰ ਹੌਲੀ-ਹੌਲੀ ਹੁਣ ਸਾਰੀਆਂ ਅਖਬਾਰਾਂ ਦੇ ਵਿੱਚ ਫੈਲ ਜਾਣੀ ਆ ਇਹ ਵੀ ਹੋ ਸਕਦਾ ਕਿ ਲਾਸਟਲੇ 14 ਲਾਸਟਲੇ 10 ਲਾਸਟਲੇ ਮਹੀਨੇ ਦੇ ਵਿੱਚ ਜਿੰਨੇ ਵੀ ਇੰਡੀਆ ਤੋਂ ਫਲਾਈਟਾਂ ਆਈਆਂ ਹੁਣ ਜੇ 2021 ਦੇ ਵਿੱਚ ਇੰਨੀਆਂ ਵੀ ਫਲਾਈਟਾਂ ਆਈਆਂ ਹੁਣ ਹੋ ਸਕਦਾ ਲਾਸਟਲੇ 1-2 ਮਹੀਨਿਆਂ ਦੇ ਤੇ ਜਿਹੜੀਆਂ ਫਲਾਈਟਾਂ ਆਈਆਂ ਹੁਣ ਸਾਰਿਆਂ ਦੇ ਟੈਸਟ ਕੀਤੇ ਜਾਣ ਕਿਉਂਕਿ ਸਰਕਾਰ ਇਹ ਮੰਨ ਸਕਦੀ ਹੈ ਕਿ ਜੇਕਰ ਇੱਕ ਬੰਦਾ ਪੈਸੇ ਦੇ ਕੇ ਡੁਪਲੀਕੇਟ ਵੈਕਸੀਨ ਦਾ ਜਿਹੜਾ ਕਾਰਡ ਰਿਪੋਰਟ ਲੈ ਕੇ ਆ ਸਕਦਾ ਤਾਂ ਫਿਰ ਬਾਕੀ ਕਿਉਂ ਨਹੀਂ ਆ ਸਕਦੇ ਕਿਉਂਕਿ ਸ਼ੱਕ ਇਹਨਾਂ ਨੂੰ ਇਸ ਗੱਲ ਤੇ ਵੀ ਹੋਇਆ ਸੀ ਜਦ ਇੰਡੀਆ ਤੋਂ ਚੜ੍ਹਨ ਵੇਲੇ ਨੈਗੇਟਿਵ ਸੀਗੇ ਤਾਂ ਇੰਡੀਆ ਤੋਂ ਜਹਾਜ਼ ਦੇ ਵਿੱਚ ਪੋਜ਼ਿਟਿਵ ਕੇਸ ਹਿਸਾਬ ਦੇ ਨਾਲ ਹੋ ਗਏ ਜਦ ਕਿ ਦੇਖਿਆ ਜਾਵੇ ਤਾਂ ਇਹ ਜਿਹੜਾ ਕੋਵਿਡ ਦੇ ਸਿੰਪਟਮ ਆ ਜਦੋਂ ਕੋਈ ਵੀ ਕਿਸੇ ਨਾਲ ਸੰਕਰਮਿਤ ਹੋ ਜਾਂਦਾ ਕਿਸੇ ਤੋਂ ਇਫੈਕਟਡ ਹੋ ਜਾਂਦਾ ਤਾਂ ਉਹਨੂੰ ਉਹਦੇ ਵਿੱਚ ਜਿਹੜੀ ਉਹ ਪੋਜ਼ਿਟਿਵ ਹੋਣ ਨੂੰ ਘੱਟੋ ਘੱਟ 3-4 ਦਿਨਾਂ ਦਾ ਜਿਹੜਾ ਟਾਈਮ ਲੰਘਦਾ ਹੈ ਤੇ ਇਸ ਕਰਕੇ ਹੁਣ ਹੋ ਸਕਦਾ ਹੈ ਜੀ ਕਿ ਫਲਾਈਟਾਂ ਦੇ ਉੱਤੇ ਹੋਰ ਵੀ ਪਾਬੰਦੀਆਂ ਲਾਈਆਂ ਜਾਣ ਤੇ ਹੋਰ ਵੀ ਇਦਾਂ ਜਿਹੜੇ ਹਸਪੀਟਲ ਆ ਉਹਨਾਂ ਦਾ ਪੱੜ ਦਾ ਫਾਸ਼ ਹੋਗਾ ਜੀ ਤੇ ਉਸ ਤੋਂ ਬਾਅਦ ਦੇਖਦੇ ਹਾਂ ਜੀ ਇੰਡੀਆ ਦੇ ਵਿੱਚ ਇੰਡੀਆ ਤੋਂ ਆਪਣੇ ਇੱਕ ਜਗਜੀਤ ਸਿੰਘ ਗੁਰਮ ਜਗਜੀਤ ਸਿੰਘ ਗੁਰਮ ਜੋ ਕਿ ਇਟਲੀ ਦੇ ਵਿੱਚ ਰਹਿ ਰਹੇ ਸੀ ਉਹਨਾਂ ਦੀ ਕੋਰੋਨਾ ਦੇ ਨਾਲ ਮੌਤ ਹੋ ਗਈ ਹੈ ਵਾਈਗੁਰੂ ਅਗੇ ਹੀ ਅਰਤਾਸ ਹੈ ਕਿ ਉਹਨਾਂ ਦੀ ਜਿਹੜੀ ਆਤਮਾ ਉਹਨਾਂ ਨੂੰ ਸ਼ਾਂਤੀ ਬਖਸ਼ੇ ਜੀ ਜੋ ਦੱਸਿਆ ਜਾ ਰਿਹਾ ਕਿ ਇਟਲੀ ਦੇ ਵਿੱਚ ਉਮਰ ਇਹਨਾਂ ਦੀ ਤਕਰੀਬਨ 40 40 ਸਾਲ ਦੀ ਹੈ ਤੇ ਇਟਲੀ ਦੇ ਵਿੱਚ ਇਟਾਲੀਅਨ ਲਾਇਸੈਂਸ ਨੂੰ ਪੰਜਾਬੀ ਦੇ ਵਿੱਚ ਕਰਵਾਉਂਦੇ ਸੀਗੇ ਤੇ ਵਾਈਗੁਰੂ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਜੀ ਅਸੀਂ ਮਿਲਾਂਗੇ ਜੀ ਅੱਜ ਸ਼ਾਮ ਦੀਆਂ ਖਬਰਾਂ ਦੇ ਵਿੱਚ ਉਹਨਾਂ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਖਿਆਲ ਰੱਖਿਓ ਜੀ ਤੇ ਇੰਡੀਆ ਤੋਂ ਜੇਕਰ ਕੋਈ ਵੀ ਫਰੈਂਟ ਦੇ ਵਿੱਚ ਆ ਰਿਹਾ ਜਾ ਰਿਹਾ ਡੁਪਲੀਕੇਟ ਜਿਹੜੀਆਂ ਰਿਪੋਰਟਾਂ ਇਹਨਾਂ ਤੋਂ ਬਚੋ ਕਿਉਂਕਿ ਸਰਕਾਰ ਨੂੰ ਇੱਥੇ ਪਤਾ ਲੱਗ ਗਿਆ ਤੇ ਬਹੁਤ ਹੀ ਜ਼ਿਆਦਾ ਤੁਹਾਡੇ ਤੇ ਕੇਸ ਪੈ ਸਾਦੇ ਫਿਰ ਤੁਸੀਂ ਸਰਕਾਰ ਨੂੰ ਫਰੋਡ ਕਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਮ ਦੀਆਂ ਖਬਰਾਂ ਦੇ ਵਿੱਚ ਤੁਹਾਡਾ ਆਪਾਂ ਤੁਹਾਡੇ ਨਾਲ ਮਿਲਾਂਗੇ ਜੀ